ਹਨ ਲੁਟੇਰੇ ਨੇ। ਇਹਨਾਂ ਤੇ ਪੁਲਿਸ ਦਾ ਦੋਸ਼ ਹੈ ਕਿ ਇਹਨਾਂ ਦੋਨਾਂ ਨੌਜਵਾਨਾਂ ਵੱਲੋਂ ਹਥਿਆਰ ਨਾਲ ਇੱਕ ਦੁਕਾਨ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦੌਰਾਨ ਦੋਨੋਂ ਨੌਜਵਾਨ ਪੁਲਿਸ ਦੇ ਹੱਥ ਚੜ ਗਏ ਜਦਕਿ ਇਹਨਾਂ ਦਾ ਇੱਕ ਸਾਥੀ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਇਹ ਤਿੰਨ ਲੁਟੇਰੇ ਸੀਗੇ, ਦੋ ਮੌਕੇ ਤੇ ਫੜੇ ਗਏ, ਇੱਕ ਅਜੇ ਕੁਮਾਰ ਤੇ ਇੱਕ ਅੰਕਿਤ ਕੁਮਾਰ। ਇਹ ਰਹਿਣੇ ਵਾਲੇ ਹੈਗੇ ਯੂਪੀ ਦੇ ਸ਼ਾਮਲੀ ਦੇ ਦੋਨੇ, ਅਤੇ ਇੱਕ ਅਜੇ ਇੱਕ ਹੈਗਾ ਕਰਨ ਹੈਗਾ, ਉਹ ਰਹਿੰਦਾ ਫੜਨਾ, ਬਹੁਤ ਜਲਦੀ ਫੜਿਆ ਜਾਊਗਾ। ਇਹਨਾਂ ਨੂੰ ਗ੍ਰਿਫਤਾਰ ਕਰਕੇ ਮੌਕੇ 'ਤੇ ਫੜਿਆ ਗਿਆ ਅਤੇ ਇਹਨਾਂ ਦੇ ਖਿਲਾਫ 392,448,506,34,IPC 25,69 ਆਰਮਸ ਐਕਟ ਤਹਿਤ ਪਰਚਾ ਦੇ ਕੇ ਅੱਜ ਇਹਨਾਂ ਦਾ ਰਿਮਾਂਡ ਲਿੱਤਾ ਜਾਵੇਗਾ। ਅਤੇ ਇਹਨਾਂ ਕੋਲੋਂ ਬਰਾਮਦ ਕੀ ਹੋਇਆ ਹੈ ਜੀ ਪਤਾ ਲੱਗਿਆ? ਇਹਨਾਂ ਕੋਲੋਂ ਇੱਕ ਦੇਸੀ ਕੱਟਾ ਅਤੇ 5 ਜਿੰਦਾ ਰੌਂਦ ਜਿਹੜੇ ਬਰਾਮਦ ਹੋਏ ਆ, ਬਹੁਤ ਜਲਦ ਜਲਦ ਗ੍ਰਿਫਤਾਰ ਕੀਤਾ ਜਾਊਗਾ ਉਹਨੂੰ। ਬੈਕਗ੍ਰਾਉਂਡ ਇਹਨਾਂ ਦੀ ਕ੍ਰਿਮੀਨਲ ਹੀ ਹੈ, ਇਹਨਾਂ ਦਾ 5 ਦਿਨ ਦਾ ਪੁਲਿਸ ਰਿਮਾਂਡ ਲਿੱਤਾ ਜਾਊਗਾ। ਇਹਨਾਂ ਲੁਟੇਰਿਆਂ ਦੇ ਨਿਸ਼ਾਨੇ ਤੇ ਜੋ ਦੁਕਾਨਦਾਰ ਸੀ ਉਸਦਾ ਕਹਿਣਾ ਹੈ ਕਿ ਪ੍ਰਵਾਸੀ ਲੋਕ ਹੀ ਇਹੋ ਜਿਹੀ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ। ਭਾਜੀ ਰਾਤ 10:15 ਵਜੇ ਦਾ ਟਾਈਮ ਵਾ, ਮੈਂ ਕਲੋਜ਼ਿੰਗ ਕਰ ਰਿਹਾ ਤਾ, ਤੋ ਤਿੰਨ ਲੁਟੇਰੇ ਆਏ ਜੀ, ਇੱਕ ਬਾਹਰ ਖੜ ਗਿਆ, ਦੋ ਅੰਦਰ ਆ ਗਏ ਮੇਰੇ ਕੋਲ ਅਕੇਲਾ ਦੇਖ ਕੇ। ਤੋ ਉਹਨੇ ਆ ਕੇ ਮੇਰੇ ਕੋਲ ਬੋਲਿਆ ਬਿਸਕਿਟ ਦੇ ਦਿਓ, ਤੋ ਮੈਂ ਬਿਸਕਿਟ ਲੈਣੇ ਗਿਆ, ਤੋ ਪਿੱਛੇ ਪਿੱਛੇ ਅੰਦਰ ਆ ਗਏ ਜੀ, ਉਹਨੇ ਮੇਰੇ ਕੋਲ ਗੇਰ ਲਿਆ ਨੀਚੇ ਕਿਸੇ ਤਰੀਕੇ ਸੇ, ਮੇਰੇ ਪੇ ਬਸ ਗਨ ਪੁਆਇੰਟ ਰੱਖ ਦਿਆ ਜੀ, ਦੋ ਲੋਕ ਦੇ, ਇੱਕ ਨੇ ਮੇਰਾ ਗਲਾ ਦਬਾ ਦਿਆ। ਤੋ ਮੈਨੇ ਉਹਨਾਂ ਦੀ ਗਨ ਪਕੜ ਲਈ, ਚਲੋ ਹੱਥਾਂ ਪਾਈ ਹੋਈ ਅੰਦਰ ਜੋ ਵੀ ਹੈ, ਤੋ ਰੋਲਾ ਪਾ ਦਿਆ, ਤਿੰਨ ਮੇਰੇ ਜਿਮਰਾ ਗਲਾ ਛੁੱਟਾ। ਤੋ ਬਾਹਰ ਭਾਜੀ ਮੇਰੇ ਕੋਈ ਫਰੈਂਡ ਥੇ, ਪਿੱਛੇ ਰਹਿਤੇ ਹੈ ਲੜਕੇ, ਉਹ ਅਚਾਨਕ ਆਪਣੇ ਜੋਬ ਜੂਬ ਆਫ ਕਰਕੇ ਜਾ ਰਹੇ ਤੇ, ਘਰ ਜਾ ਰਹੇ ਤੇ, ਉਹ ਤੋਂ ਖੜੇ ਹੋਏ ਤੇ ਵਹਾਂ ਪੇ ਆਊਟਸਾਈਡ ਮੇਂ, ਤੋ ਮੇਰਾ ਰੋਲਾ ਸੁਣ ਕੇ ਉਹ ਲੋਕ ਆ ਗਏ, ਤੋ ਬਸ ਹਮਨੇ ਮਿਲ ਕੇ ਉਹਨੂੰ ਪਕੜ ਲਿਆ, ਦਬੋਚ ਲਿਆ ਜੀ, ਪੁਲਿਸ ਕੇ ਸਹਿਯੋਗ ਤੇ ਉਹਨੂੰ ਹਮਨੇ ਪਕੜ ਲਿਆ। ਉਹ ਇੱਕ ਤੋਂ ਫਰਾਰ ਹੈ, ਦੋ ਪਕੜ ਲਈਏ ਜੀ। ਭਾਜੀ ਮੇਰੀ ਤਾਂ ਇਹ ਅਪੀਲ ਹੈ ਕਿ ਥੋੜ੍ਹਾ ਸਾ ਜੋ ਬਾਹਰ ਦੇ ਲੋਕ ਆ ਰਹੇ ਹੈ ਪੰਜਾਬ ਦੇ ਅੰਦਰ, ਉਨਕੇ ਉੱਪਰ ਥੋੜ੍ਹੀ ਸੀ ਨਾ ਭਾਜੀ ਪਤਾ ਹੋਣਾ ਚਾਹੀਏ ਕੌਣ ਆ ਰਿਹਾ, ਕਹਾਂ ਸੇ ਆ ਰਿਹਾ, ਕਿਉਂ ਆ ਰਿਹਾ। ਇਹ ਯੂਪੀ ਯਾਪੀ ਕੇ ਲੋਕ ਜ਼ਿਆਦਾ ਹੈ ਜੀ, ਇਹ ਹਮਾਰੀ ਇੰਟਰਨਲ ਖਬਰੇ ਬਾਹਰ ਦੇਤੇ ਹੈ, ਹਮਾਰੇ ਭੇਤ ਸਾਰੇ ਜਿਹੜੇ ਹੈ, ਇਹ ਬਾਹਰਲੇ ਲੋਕ ਆ ਕੇ ਹੀ ਕਰ ਰਹੇ ਜੀ ਕੰਮ, ਪੰਜਾਬੀ ਤੋਂ ਨਹੀਂ ਹਮਾਰੇ, ਜ਼ਿਆਦਾਤਰ ਬਾਹਰਲੇ ਹੀ ਹੈ ਜੀ। ਥੋੜ੍ਹਾ ਸਾ ਇਨਕੋ ਸਰਕਾਰ ਕੋ ਉਨਕੋ ਪਤਾ ਹੋਣਾ ਚਾਹੀਏ ਕਿ ਕੌਣ ਆ ਰਿਹਾ, ਕਿਆ ਹੋ ਰਿਹਾ, ਕਿਆ ਨਹੀਂ ਹੋ ਰਿਹਾ ਜੀ, ਜਾਂ ਤਾਂ ਪਤਾ ਹੀ ਨਹੀਂ ਹੁੰਦਾ ਕੁਛ ਕੌਣ ਆ ਰਿਹਾ, ਕੌਣ ਨਹੀਂ ਆ ਰਿਹਾ, ਰੋਜ਼ ਨਵੇਂ ਨਵੇਂ ਬੰਦੇ ਆ ਰਹੇ ਜੀ। ਬਿਸਕੁਟ ਮੰਗਣ ਦੇ ਲੁਟੇਰੇ ਦੇ ਇਸ ਅੰਦਾਜ਼ ਕਾਰਨ ਇਹ ਲੁੱਟ ਕਾਫੀ ਚਰਚਿਤ ਹੈ, ਪਰ ਸਵਾਲ ਇਹ ਹੈ ਕਿ ਆਖਿਰ ਲੁੱਟ ਦੇ ਮਾਮਲੇ 'ਚ ਪ੍ਰਵਾਸੀ ਲੋਕ ਤੇ ਸਵਾਲ ਕਿਉਂ ਉੱਠਦੇ ਨੇ? ਜ਼ਰੂਰਤ ਹੈ ਇਸ ਬਾਰੇ ਬਾਹਰੋਂ ਆਏ ਲੋਕਾਂ ਦੀ ਵੈਰੀਫਿਕੇਸ਼ਨ ਕਰਨ ਦੀ, ਇਹੋ ਜਿਹੀ ਘਟਨਾਵਾਂ ਨੂੰ ਰੋਕਣ ਲਈ। ਕੀ ਪੁਲਿਸ ਇਹੋ ਜਿਹੇ ਕਦਮ ਚੁੱਕੇਗੀ? ਕੀ ਹੈ ਆਪ ਜੀ ਦੀ ਇਸ ਬਾਰੇ ਰਾਏ? ਇਸ ਸਟੋਰੀ ਨੂੰ ਸ਼ੇਅਰ ਕਰਦੇ ਹੋਏ ਕਮੈਂਟ ਜ਼ਰੂਰ ਕਰਿਓ। ਬੀਐਮ ਗੁਰੂ ਜੀ ਵਸ਼ੀਕਰਨ ਸਪੈਸ਼ਲਿਸਟ, 21 ਸਾਲ ਦੀ ਤਪੱਸਿਆ ਦੇ ਨਾਲ ਤੁਹਾਡੀ ਹਰ ਇੱਕ ਮੁਸ਼ਕਿਲ ਦਾ ਹੋਵੇਗਾ ਸਮਾਧਾਨ, ਸਿਰਫ ਔਰ ਸਿਰਫ 11 ਘੰਟੇ ਦੇ ਵਿੱਚ। ਬਿਜ਼ਨਸ ਦੇ ਵਿੱਚ ਹੋਵੇ ਰੁਕਾਵਟ, ਪਤੀ ਪਤਨੀ ਦੇ ਵਿੱਚ ਹੋਵੇ ਅਨਬਨ, ਲਵ ਮੈਰਿਜ ਦਾ ਹੋਵੇ ਮੈਟਰ, ਤੇ ਭਾਵੇਂ ਮੈਟਰ ਹੋ ਗਰਲਫ੍ਰੈਂਡ ਦਾ, ਜ਼ਮੀਨੀ ਵਿਵਾਦ, ਵਿਦੇਸ਼ੀ ਯਾਤਰਾ ਦੇ ਵਿੱਚ ਹੋਵੇ ਰੁਕਾਵਟ, ਹਰ ਇੱਕ ਮੁਸ਼ਕਿਲ ਦਾ ਹੋਵੇਗਾ ਸਮਾਧਾਨ ਸਿਰਫ ਔਰ ਸਿਰਫ 11 ਘੰਟੇ ਦੇ ਵਿੱਚ। ਸੰਪਰਕ ਕਰੋ 6377767679। ਬੀਐਮ ਗੁਰੂ ਜੀ ਵਸ਼ੀਕਰਨ ਸਪੈਸ਼ਲਿਸਟ, ਹਰ ਇੱਕ ਮੁਸ਼ਕਿਲ ਦਾ ਸਮਾਧਾਨ ਸਿਰਫ 11 ਘੰਟੇ ਦੇ ਵਿੱਚ।